ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵੈਲਕਮ ਟੂ ਦੀ ਦਰਸ਼ਨ ਸਾਗਰ ਆਪ ਜੀ ਨੂੰ ਦਾਸਤਰਮ ਦੇ ਜੋ ਸਾਫਰ ਜਿਫਸੀ 16 ਫਰਵਰੀ ਦੀ ਲੱਖ ਲੱਖ ਫੇਰ ਵਧਾਈਆਂ ਮੈਂ ਆਪ ਜੀ ਦੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਜੋ ਦਾਸਤਰਮ ਹਜੂਰ ਮਹਾਰਾਜ ਜੀ ਨੇ ਸਜਾਇਆ ਇਹਦੀ ਰੂਪਰੇਖਾ ਜੋ ਮਹਾਰਾਜ ਜੀ ਕਹਿੰਦੇ ਸੀ ਉਹ ਇਸ ਜਨਮ ਦੇ ਵਿੱਚ ਦੇਖਣ ਨੂੰ ਮਿਲੇਗੀ ਜੋ ਉਹਨਾਂ ਨੇ ਕਿਹਾ ਇਹ ਅਨਬਲੀਵੇਬਲ ਬੁੱਕਾਂ ਦੇ ਵਿੱਚ ਅਸੀਂ ਸਾਖੀਆਂ ਪੜ੍ਹਦੇ ਆਂ ਮਾਪੂਰਖਾਂ ਦੀਆਂ ਉਹਨਾਂ ਬਾਰੇ ਸੁਣਦੇ ਆਂ ਉਹਨਾਂ ਦੇ ਜੀਵਨੀਆਂ ਉਹ ਅਸੀਂ ਪੜ੍ਹਦੇ ਤੇ ਸੁਣਦੇ ਆਂ ਕਿ ਇਸ ਜੀਵਨ ਦੇ ਵਿੱਚ ਉਹ ਸਾਖੀ ਸਾਖਸ਼ਾਤ ਉਹ ਬੋਲ ਉਹ ਵਚਨ ਸਾਖਸ਼ਾਤ ਆਪ ਜੀ ਨੂੰ ਦੇਖਣ ਨੂੰ ਮਿਲਣਗੇ ਔਰ ਆਪ ਜੀ ਉਹਦਾ 파ਠ ਹੋਵਗੇ ਇਹ ਕਦੀ ਕਲਪਨਾ ਨਹੀਂ ਕੀਤੀ ਸੀ ਜਦੋਂ ਕਹਿੰਦੇ ਕਿ ਇਨਸਾਨ ਕਿਸੇ ਧਾਰਮਿਕ ਅਧਿਆਤਮਿਕ ਵੱਲ ਤੁਰਦਾ ਹੈ ਤੇ ਉਹਦੀ ਇਹੋ ਹੀ ਇੱਛਾ ਹੁੰਦੀ ਹੈ ਕਿ ਉਹ ਉਹਦੇ ਜ਼ਿਆਦਾ ਕਰੀਬ ਤੇ ਕੋਲੋਜ਼ ਹੋਵੇ ਫਾਰ ਇਗਜ਼ਾਮਪਲ ਕਿ ਜਿਸ ਤਰ੍ਹਾਂ ਅਸੀਂ ਦਰਬਾਰ ਚ ਆਂਦੇ ਸਭ ਦੀ ਸੀ ਕਿ ਅਸੀਂ ਮਹਾਰਾਜ ਜੀ ਕੋ ਨਾਮ ਲਈਏ ਨਾਮ ਮਿਲ ਗਿਆ ਉਸ ਤੋਂ ਬਾਅਦ ਮਨ ਚ ਇੱਛਾ ਹੁੰਦੀ ਸੀ ਕਿ ਅਸੀਂ ਵੀ ਕਰੀਬ ਹੋ ਜਾਈਏ ਮਹਾਰਾਜ ਜੀ ਦੇ ਅਸੀਂ ਵੀ ਉਹਨਾਂ ਦੇ ਨਾਲ ਉਦਾਂ ਰਹੀਏ ਉਦਾਂ ਜਾਈਏ ਜਿਸ ਤਰ੍ਹਾਂ ਆਪ ਜੀ ਹੋਰਾਂ ਨੂੰ ਉਹਨਾਂ ਦੇ ਨਾਲ ਦੇਖਦੇ ਹੋ ਜਿਵੇਂ ਸਟਾਫ ਉਹਨਾਂ ਦਾ ਤੇ ਜਦੋਂ ਉਦੀ ਰਹਿਮਤ ਕਿਰਪਾ ਹੋ ਗਈ ਜਾਂ ਹੁੰਦੀ ਏ ਤੇ ਉਹ ਇਨਸਾਨ ਨੂੰ ਉਹ ਮੌਕਾ ਮਿਲਦਾ ਜੋ ਚਾਹਦਾ ਸੀ ਨਾਲ ਰਹਿਣ ਦਾ ਨਾਲ ਉੱਠਣ ਦਾ ਨਾਲ ਬੈਣ ਦਾ ਤੇ ਉਸ ਤੋਂ ਬਾਅਦ ਉਹਦੇ ਵਿੱਚ ਤਬਦੀਲੀ ਆਣੀ ਸ਼ੁਰੂ ਹੋ ਜਾਂਦੀ ਦੋ ਤਰ੍ਹਾਂ ਦੀ ਤਬਦੀਲੀ ਇੱਕ ਤੇ ਜਿਹੜੇ ਉਹ ਹੀ ਭੋਪੈ ਡਰ ਰੱਖਦੇ ਹਨ ਜੋ ਪਹਿਲਾਂ ਜਦੋਂ ਉਹ ਉਹਦੇ ਤੋਂ ਫਿਜ਼ੀਕਲੀ ਦੂਰ ਸੰ ਤੇ ਫਿਰ ਲਾਗੇ ਆ ਕੇ ਨਾਲ ਰਹਿ ਕੇ ਇਹ ਪੋਪ ਆ ਉਹਨਾਂ ਨੂੰ ਦੂਸਰੀ ਸਟੇਜ 'ਚ ਲੈ ਜਾਂਦਾ ਸਮਝ ਲਓ ਕਿ ਜੋ ਇੱਕ ਮਾਪੁਰਖ ਦੇ ਨਾਲ ਰਹਿਣ ਵਾਲੇ ਦੀ ਸਟੇਜ ਹੋਣੀ ਚਾਹੀਦੀ ਹੈ ਦੂਸਰਾ ਕੀ ਹੁੰਦਾ ਕਿ ਜਦੋਂ ਜਿਹੜੀ ਚੀਜ਼ ਅਸੀਂ ਚਾਹੁੰਦੇ ਆ ਉਹ ਸਾਨੂੰ ਭੋਲੇ-ਪਾ ਸਸਤੀ ਮਿਲ ਜਾਂਦੀ ਹੈ ਉਹਦੀ ਕਦਰ ਨਹੀਂ ਹੁੰਦੀ ਹਮੇਸ਼ਾ ਸਭ ਨੂੰ ਸ਼ਿਕਾਇਤ ਹੁੰਦੀ ਹੈ ਕਿ ਜਿਹੜੇ ਕੋਲ ਲਾਗੇ ਰਹਿਣ ਵਾਲੇ ਉਸੁੰਦੇ ਨਹੀਂ ਕਰਦੇ ਨੇ ਪਰ ਉਹਨਾਂ ਦੀ ਕੀ ਮਜਬੂਰੀਆਂ ਨੇ ਔਰ ਉਹ ਕਿਸ ਤਰ੍ਹਾਂ ਕਰ ਰਹੇ ਨੇ ਇਹ ਉਹਨਾਂ ਨੂੰ ਪਤਾ ਹੈ ਸਾਨੂੰ ਨਹੀਂ ਪਤਾ ਹੈਗਾ ਇਹ ਇੱਕ ਉਸ ਕਿਸਮਤੀ ਹੈ ਔਰ ਮੇਰਾ خیال ਇਹ ਤੈ ਹੁੰਦਾ ਕਿ ਕਦੋਂ ਕੋ ਲਾਣਾ ਇੱਕ ਸ਼ਬਦ ਹੀ ਲਿਖਿਆ ਸੀ ਕਿ ਦਰਸ਼ਨ ਦੇ ਖੇਲ ਨਰਾਲੇ ਨੇ ਕੋਈ ਵਿਰਲਾ ਜਾਣੇ ਕਿ ਕਈ ਆ ਕੇ ਤੇਰੇ ਕਰੀਬ ਕਈ ਦੂਰ ਹੋ ਜਾਂਦੇ ਤੇ ਕਈ ਕੀ ਕਹਿੰਦੇ ਐ ਇੱਕ ਚਲਕ ਪਾ ਕੇ ਤੇਰੇ ਗੁਣ ਪੇ ਗਾਉਂਦੇ ਸੋ ਇਹ ਡਿਪੈਂਡ ਹੈ ਤੁਹਾਡੀ ਅੰਦਰ ਦੀ ਆਤਮਾ ਨੂੰ ਆਪਜੀ ਕੀ ਚਾਹੁੰਦੇ ਹੋ ਮੈਂ ਅੱਜ ਆਪਜੀ ਨਾਲ ਜੋ ਸ਼ੇਅਰ ਕਰਨਾ ਚਾਹੁੰਦਾ ਕਿ ਮੈਂ ਖੁਦ ਉਸ ਚੀਜ਼ ਦੀ ਵਿਟਨੈਸ ਹਾਂ ਕਦੀ ਕਿਸੇ ਨੇ ਜਦੋਂ ਪਹਿਲੋਂ ਰਾਮਚੰਦਰ ਜੀ ਆਏ ਤੇ ਕਿਸੇ ਨੇ ਸੋਚਿਆ ਹੋਵੇਗਾ ਕਿ ਇਹ ਰਾਮਚੰਦਰ ਜੀ ਜੋ ਪ੍ਰਿੰਸ ਨੇ ਉਹ ਉਹਨਾਂ ਨੂੰ 14 ਸਾਲਾਂ ਦਾ ਬਨਵਾਸ ਹੋਇਆ ਖੋਦੇ ਉਹ ਆਪਣੇ ਬਨਵਾਸ ਦੇ ਵਿੱਚ ਥਾਂ ਥਾਂ ਤੇ ਜਾਂਦੇ ਰਹੇ ਮੀਨਸ ਕੋਈ ਸਟੇਬਲ ਕਮੋਡਿਸ਼ਨ ਜਾਂ ਕੁਛ ਨਹੀਂ ਤੇ ਪਿਤਾ ਜੀ ਦਾ ਕਹਿਣਾ ਮੰਨਿਆ ਤੇ ਕੀ ਇਹ ਆਉਣ ਵਾਲੇ ਯੁੱਗ ਦੇ ਮਹਾਪੁਰਖ ਹੋਣਗੇ ਨਰੰਕਾਰ ਹੋਣਗੇ ਜਾਂ ਕੀ ਕਹਿੰਦੇ ਨਰੰਜਨ ਦੇ ਰੂਪ ਚ ਹੋਣਗੇ ਜਦੋਂ ਕਿਸ਼ਨ ਮਹਾਰਾਜ ਜੀ ਗੋਕਲ ਦੇ ਵਿੱਚ ਜਦ ਨੰਦ گاਉਂ ਦੇ ਵਿੱਚ ਬੱਚਿਆਂ ਨਾਲ ਖੇਡਦੇ ਹੋਣਗੇ ਸਖੀਆਂ ਨਾਲ ਰਾਸ ਰੀਲਾਂ ਚਾਹੁੰਦੇ ਹੋਣਗੇ ਤੇ ਕੀ ਉਦੋਂ ਗਾਮ ਵਾਲੇ ਜਾਂ ਹੋਰ ਜਿਹੜੇ ਉਹਨਾਂ ਨੂੰ ਦੇਖਣ ਵਾਲੇ ਸੱਜਣ ਮਿੱਤਰ ਉਹਨਾਂ ਨੇ ਕਦੀ ਸੋਚਿਆ ਹੋਵੇਗਾ ਕਿ ਇਹ ਹੀ ਕਿਸ਼ਨਾ ਆਂਦੇ ਯੁੱਗ ਦੇ ਵਿੱਚ ਇਹ ਨਾਰਾਇਣ ਹੋਏਗਾ ਰੱਬ ਹੋਏਗਾ ਚੀਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ 9 ਸਾਲ ਦੇ ਸੀ ਤੇ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ ਆਪ ਜੀ ਨਾ ਕੋਈ ਵੱਡਾ ਮਹਾਪੁਰਖ ਐਸ ਸੰਸਾਰ ਚ ਐਸ ਵਲੇ ਧਰਤੀ ਤੇ ਨਹੀਂ ਆਪ ਜੀ ਜਾਓ ਆਪਣੀ ਕੁਰਬਾਨੀ ਦਿਓ ਉਹ ਬਾਲਵਸਥਾ ਜਿਹੜੇ ਨਾਲ ਰਹਿਣ ਵਾਲੇ ਉਹ ਸੋਚਦੇ ਹੋਣਗੇ ਕਿ ਇਹ ਕੀ ਕਹਿ ਰਿਹਾ ਕਿ ਇਹ ਖੁਦ ਬਾਲ ਨੇ ਇਹਨਾਂ ਨੂੰ ਕੀ ਸਮਝ ਆ ਪਰ ਉਹਨਾਂ ਨੂੰ ਸਭ ਕੁਝ ਨਿਰੰਕਾਰ ਨੇ ਭੇਜਿਆ ਸੀ ਉਹਨਾਂ ਨੂੰ ਸਭ ਕੁਝ ਪਤਾ ਸੀ ਕਿ ਹਿਸਟਰੀ ਕ੍ਰੇਟ ਹੋਣੀ ਸੀ ਤੇ ਕਦੀ ਉਸ ਵਲੇ ਦੇ ਲੋਕਾਂ ਨੇ ਮੇਰੇ ਵਰਗਿਆਂ ਨੇ ਹੋਰਾਂ ਨੇ ਇਹ ਸੋਚਿਆ ਹੋਵੇਗਾ ਆਮ ਬੰਦਿਆ ਨੇ ਇਹ ਸ਼ੁਰੂ ਗੋਬਿੰਦ ਸਿੰਘ ਜੀ ਦੁਨੀਆ ਦੇ ਵਿੱਚ ਇੱਕ ਨਵਾਂ ਧਰਮ ਦੀ ਸਜਣਾ ਕਰਨਗੇ ਇੱਕ ਧਰਮ ਖੜਾ ਕਰਨਗੇ ਜਿਹੜਾ ਅੱਜ ਅਸੀਂ ਸਿੱਖ ਧਰਮ ਦੇ ਨਾਂ ਨਾਲ ਜਾਣਦੇ ਆ ਇਸ ਤਰ੍ਹਾਂ ਹੀ ਮਹਾਰਾਜ ਦਰਸ਼ਨ ਦਾਸ ਜੀ ਨੇ ਜਦੋਂ 16 ਫਰਵਰੀ 1980 ਦੇ ਵਿੱਚ ਲੋਨੀ ਦਰਬਾਰ ਸਰੋਵਰ ਦੇ ਕੰਢੇ ਤੇ ਜਦੋਂ ਇਸ ਧਰਮ ਦੀ ਸਜਣਾ ਕੀਤੀ ਦਾਸ ਧਰਮ ਭੁੱਲ ਗਏ ਉਹ ਵਚਨ ਗੁਰੂਆਂ ਦੇ ਦੀਓ ਫਿਰ ਸਮਝਾਈ ਦਾਸ ਧਰਮ ਚੱਲਿਓ ਕਲ ਮਾਹੇ ਜਿਸ ਤੇ ਸਾਈਂ ਦਰਸ਼ਨ ਅਗੰ ਗੁਸਾਈਂ ਜਦੋਂ ਉਹਨਾਂ ਨੇ ਇਹ ਧਰਮ ਦੀ ਨਹੀਂ ਰੱਖੀ ਉਸ ਵਲੇ ਜਿੰਨੇ ਵੀ ਸੇਵਕ ਹੋਣਗੇ ਕੀ ਉਹਨਾਂ ਕਦੀ ਸੋਚਿਆ ਹੋਵੇਗਾ ਕਿ ਅੱਜ ਜੋ ਮਹਾਰਾਜੀ ਕਹਿ ਰਹੇ ਨੇ ਇਹ ਵਾਕਿਆ ਹੀ ਇਸ ਤਰ੍ਹਾਂ ਹੋਏਗਾ ਜਦ ਕਿ ਉਸ ਵਲੇ ਜੰਦ ਸੇਵਕ ਆਇਆ ਕਰਦੇ ਸੀ ਮੈਂ ਥੋੜੇ ਸੇਵਕ ਆਇਆ ਕਰਦੇ ਸੀ ਬਹੁਤ ਵੱਡੇ ਲੋਨੀ ਤਾਮ ਦੇ ਸਥਾਨ ਤੇ ਮਹਾਰਾਜ ਜੀ ਨੇ ਕਿ ਆ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਕਿ ਹਰ ਸੇਵਕ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਇਹਦਾ ਨਾਲ ਗੁਣ ਲੋਕਾਂ ਨੂੰ ਮਿਲੇਗਾ ਗੂੰਜੇਗਾ ਲੋਕਾਂ ਦੀਆਂ ਮਰਦਾਂ ਪੂਰੀਆਂ ਹੋਣਗੀਆਂ ਹੋ ਰਹੀਆਂ ਖੁਦ ਦੇ ਕਰਿਆਂ ਮੱਥੇ ਤਿਲਕ ਲਾਓ ਵਰਦੀ ਪਾਓ ਇਹ ਜੋ ਚੀਜ਼ਾਂ ਮਹਾਰਾਜ ਜੀ ਨੇ ਉਦੋਂ ਕਹੀਆਂ ਹੋਣਗੀਆਂ ਉਰਤਬਾਦ ਮੈਂ ਆਪਣੀ ਇਹ ਦੱਸਦਾ ਕਿ ਜੋ ਮਹਾਰਾਜ ਇਹ ਕਿਆ ਕਰਦੇ ਸੀ ਮਹਾਰਾਜ ਨੇ ਕੀਤਾ ਤੇ ਸ਼ਾਇਦ ਮੈਂ ਵੀ ਇਹ ਚੀਜ਼ ਨੂੰ ਬਲੀਵ ਨਹੀਂ ਕਰਦਾ ਸੀਗਾ ਕਿਉਂਕਿ ਬੱਚੇ ਸੀਗੇ ਸੋਚਿਆ ਨਹੀਂ ਸੀਗਾ ਇਦਾਂ ਕਦੀ ਹੋਏਗਾ ਮਹਾਰਾਜ ਇਹ ਕਿਆ ਕਰਦੇ ਸੀ ਕਿ ਇਸ ਧਰਤੀ ਤੇ ਉਹ ਜਿਹੜੀ ਧਰਤੀ ਕਲਲ ਵਾਲੀ ਧਰਤੀ ਕਿ ਜਿੱਥੇ ਕਦੀ ਕੋਈ ਪੌਦਾ ਨਹੀਂ ਉਗਿਆ ਸੀਗਾ ਇਹ ਹਰਾ ਬਰਾ ਬਾਗ ਹੋਏਗਾ ਅੱਜ ਆਪ ਜੀ ਦੇਖ ਲਓ ਹਰਿਆ ਬਰਿਆ ਬਾਗ ਹੈਗਾ ਉਹ ਕਿੱਥੇ ਇੱਕ ਵੀ ਪੌਦਾ ਨਹੀਂ ਲੱਗਦਾ ਸੀਗਾ ਮਹਾਰਾਜ ਨੇ ਕਿਹਾ ਸੀਗਾ ਕਿ ਉੱਥੇ ਸੱਪਾਂ ਨਾਗਾਂ ਦੀ ਧਰਤੀ ਕਿਹਾ ਜਾਂਦਾ ਸੀ ਕਿ ਇੱਥੇ ਇੰਨੀ ਕਿ ਦੁਨੀਆ ਇੰਨੀ ਕਿ ਸੰਗਤ ਆਇਆ ਕਰੇਗੀ ਆਪ ਜੀ ਅਮੇজিং ਆਪ ਜੀ ਮੂੰਹ ਚ ਉਂਗਲੀਆਂ ਪਾ ਕੇ ਦੇਖਿਆ ਕਰਗੇ ਅੱਜ ਉਹ ਦੇਖਣ ਨੂੰ ਮਿਲਿਆ ਹਜ਼ਾਰਾਂ ਦੀ ਤਦਾਦ ਚ ਲੱਖਾਂ ਦੀ ਤਦਾਦ ਚ ਸੇਵਕ ਇੱਧਰ ਉੱਧਰ ਫਿਰ ਰਹੇ ਨੇ ਪਤਾ ਨਹੀਂ ਲੱਗ ਰਿਹਾ ਉਥੇ ਰਹਿਣਿਆ ਹੋਇਆ ਤਿੰਨ ਦਿਨ ਇੱਕ ਦੂਜੇ ਨੂੰ ਕੋਈ ਮਿਲ ਨਹੀਂ ਸਕਿਆ ਰਿਸ਼ਤੇਦਾਰ ਸਾਥ ਸਬੰਧੀ ਫਰੈਂਡ ਨਹੀਂ ਮਿਲ ਸਕਿਆ ਜਦੋਂ ਮਹਾਰਾਜ ਦਰਸ਼ਨਦਾਸ ਜੀ ਨੇ ਸ਼ੁਰੂਆਤ ਕੀਤੀ ਲੋਨੀ ਦਰਬਾਰ ਦੀ ਤੇ ਉਥੇ ਖੁਦ ਸੇਵਕਾਂ ਦੇ ਨਾਲ ਨੀਂਆ ਕੁੱਟਦੇ ਹੁੰਦੇ ਸੀਗੇ ਫਿਰ ਰਾਤ ਹੋਣੀ ਤੇ ਉਸ ਵੇਲੇ ਉਥੇ ਹੀ ਭੋਜਨ ਬਣਾਣਾ ਮੈਂ ਆਪ ਜੀ ਨੂੰ ਪਹਿਲਾਂ ਦੱਸ ਚੁੱਕਾ ਤੇ ਜਦੋਂ ਸੇਵਕ ਨੇ ਸਵਾਲ ਕੀਤਾ ਕਿ ਗਰੀਬ ਨਿਵਾਜ਼ ਆਪ ਜੀ ਕਿਹੜੇ ਇਸ ਜੰਗਲ ਦੇ ਵਿੱਚ ਆ ਕੇ ਡੇਰੇ ਲਾ ਲੈਨੇ ਇੱਥੇ ਕੌਣ ਆਏਗਾ ਇੱਥੇ ਕੌਣ ਆਏਗਾ ਆਪ ਜੀ ਨੇ ਗਲਤ ਸਥਾਨ ਚੁਣਿਆ ਤੇ ਉਸ ਟਾਈਮ ਤੇ ਹਜ਼ੂਰ ਮਹਾਰਾਜ ਜੀ ਨੇ ਆਲੂਆਂ ਦੀ ਸਬਜ਼ੀ ਜਿਹੜਾ ਤਸਲਾ ਜਿਹਦੇ ਨਾਲ ਮਿੱਟੀ ਚੁੱਕੀ ਦੀਆ ਉਹਨੂੰ ਸਾਫ਼ ਕਰਕੇ ਉਹ ਚ ਆਲੂਆਂ ਦੀ ਸਬਜ਼ੀ ਬਣਾਈ ਸੀ ਤੇ ਪਾਣੀ ਦਾ ਜਿਹੜਾ ਘੜਾ ਹੁੰਦਾ ਉਹਨੂੰ ਉੱਪਰੋਂ ਕੱਟ ਕੇ ਥੱਲਿਓ ਜਿਹੜਾ ਉਹ ਪੋਟ ਜਿਹਾ ਬਣ ਜਾਂਦਾ ਉਹਦੇ ਵਿੱਚ ਸਬਜ਼ੀ ਪਾਈ ਫਿਰ ਜਿਹੜਾ ਉਹ ਤਸਲਾ ਸੀਗਾ ਉਹਨੂੰ ਸਾਫ਼ ਕਰਕੇ ਥੱਲੋਂ ਉਹਨੂੰ ਮੁੱਦਾ ਮਾਰ ਕੇ ਉਹਦੇ ਉੱਪਰ ਪ੍ਰਸ਼ਾਦੇ ਬਣਾਏ ਔਰ ਉਸ ਟਾਈਮ ਤੇ ਪ੍ਰਸ਼ਾਦੇ ਛਕੇ ਉਸ ਟਾਈਮ ਤੇ ਹਜ਼ੂਰ ਮਹਾਰਾਜ ਜੀ ਨੇ ਕਿਹਾ ਸੀ ਇੱਕ ਟਾਈਮ ਆਏਗਾ ਇਸ ਧਰਤੀ ਤੇ ਲੰਗਰ ਲੱਗਣਗੇ ਸੰਗਤਾਂ ਆਉਣਗੀਆਂ ਬੋਰੀਆਂ ਦੇ ਬੋਰੀਆਂ ਆਟੇ ਲੱਗਿਆ ਕਰਨਗੇ ਦੇਗਾਂ ਬਣਨਗੀਆਂ ਮੈਂ ਆਪਣੀ ਅੱਖਾਂ ਦੇ ਨਾਲ ਦੇਖਿਆ 5 5 6 6 ਫੁੱਟ ਵੱਡੇ ਪਤੀਲੇ ਜਿਨ੍ਹਾਂ ਚ ਰੋਜ਼ ਸਬਜ਼ੀ ਬਣਦੀ ਸੀਗੀ ਹਜ਼ਾਰਾਂ ਦੇ ਸਾਹਮਣਾ ਬੋਰੀਆਂ ਤੇ ਆਟਾ ਖੁਦ ਦੇਖਿਆ ਮੈਂ ਟੈਂਪੂ ਤੇ ਆਂਦਿਆਂ ਤੇ ਸੰਗਤਾਂ ਦਾ ਲੰਗਰ ਛਕਣਾ ਹਜ਼ਾਰਾਂ ਦੇ ਸਾਹਮਣਾ ਭਾਂਡੇ ਮੈਨੂੰ ਯਾਦ ਆ ਕਿ ਜਦੋਂ ਲੋਨੀ ਦਰਬਾਰ ਸੀ ਜਿਹੜੇ ਪੁਰਾਣੇ ਵੀ ਉਹ ਵੀ ਜਾਣਦੇ ਹੋਣਗੇ ਉੱਤੇ ਦੋ ਕੋਲੇ ਹੁੰਦੇ ਸੀ ਕੋਲੇ ਦੋ ਕੋਲੇ ਇੱਕ ਕੋਲੇ ਚ ਪਾਣੀ ਤੇ ਇੱਕ ਕੋਲੇ ਚ ਸਬਜੀ ਜਿਹੜੀ ਵੀ ਬੰਦੀ ਸੀ ਪ੍ਰਸ਼ਾਦਾ ਹੱਥ ਤੇ ਤੇ ਉਸ ਵੇਲੇ ਸਿੱਧਾ ਹੁੰਦਾ ਸੀਗਾ ਕਿ ਯਾਰ ਇੱਕ ਕੋਲਾ ਇਹਦੇ ਵਾਸਤੇ ਰੋਟੀ ਵਾਸਤੇ ਵੀ ਦਿਓ ਘੱਟ ਤੇ ਹਜੂਰ ਮਹਾਰਾਜ ਜੀ ਨੇ ਉਸ ਵੇਲੇ ਕਿਹਾ ਸੀ ਕਿ ਇੱਥੇ ਕੀ ਹੋਏਗਾ ਔਰ ਅੱਜ ਮੇਰੇ ਹੱਥ ਲੱਖਾਂ ਦੇ ਹਿਸਾਬ ਨਾਲ ਟਰੇਆਂ ਉੱਤੇ ਚਿਮਚੇ ਮੈਂ ਆਪ ਜੀ ਨੂੰ ਦੱਸ ਨਹੀਂ ਸਕਦਾ ਕਿ ਜੋ ਇਹਨਾਂ ਅੱਖਾਂ ਦੇ ਨਾਲ ਦੇਖਿਆ ਮੈਂ ਅੱਜ ਆਪ ਜੀ ਨਾਲ ਕਿਉਂ ਸ਼ੇਅਰ ਕਰ ਰਿਹਾ ਕਿ ਅਸੀਂ ਭੁਲੇਖੇ ਚ ਨਾ ਰਹੀਏ ਜੋ ਦਰਸ਼ਨ ਦਾਸ ਦੀ ਤਾਕਤ ਹੈ ਉਦੋਂ ਵੀ ਕੰਮ ਕਰਦੀ ਸੀ ਹੁਣ ਵੀ ਕੰਮ ਕਰਦੀ ਹੈ ਔਰ ਉਹਨੇ ਕੰਮ ਕਰਵਾਣਾ ਜੋ ਉਹਨਾਂ ਕਿਹਾ ਹੋਣਾ ਔਰ ਮੈਂ ਇਹ ਅੱਖਾਂ ਨਾਲ ਦੇਖ ਕੇ ਅੱਜ ਆਪ ਜੀ ਨਾਲ ਸ਼ੇਅਰ ਕਰ ਰਿਹਾ ਮੈਂ ਕੋਈ ਸੀਨ ਨਹੀਂ ਕਿਚਿਆ ਕੋਈ ਵੀਡੀਓ ਨਹੀਂ ਪਾਈ ਮੈਂ ਪਾ ਸਕਦਾ ਸੀਗਾ ਪਰ ਜੋ ਮਹਾਰਾਜ ਜੀ ਨੇ ਕਿਹਾ ਸੀ ਉਹ ਹੋਇਆ ਮੈਂ ਖੁਦ ਮੈਂ ਅਮੋਸ਼ਨਲ ਹੋ ਗਿਆ ਇਹ ਦੇਖ ਕੇ ਕਿ ਵੀ ਮੇਰੇ ਵਰਗੇ ਉਸ ਟਾਈਮ ਤੇ ਇਹ ਸੋਚਿਆ ਨਹੀਂ ਸੀ ਸੋਚਦੇ ਨਹੀਂ ਸੀ ਇਹ ਸੋਚਦੇ ਸੀ ਕਿ ਸ਼ਾਇਦ ਮਹਾਰਾਜ ਜੀ ਨੇ ਸਾਨੂੰ ਇੱਥੇ ਰੱਖਣ ਵਾਸਤੇ ਇੱਕ ਦਲਾਸੇ ਦਿੰਦੇ ਪਿਆ ਇੱਥੇ ਤੁਹਾਨੂੰ ਮਿੱਟੀ ਨਹੀਂ ਲੱਭਣੀ ਇੱਥੇ ਚਿਪਸਾਂ ਲੱਗੀਆਂ ਹੋਣੀਆਂ ਇੱਥੇ ਮਾਰਬਲ ਲੱਗੇ ਹੋਣੇ ਆ ਇੱਥੇ ਸਭ ਕੁਝ ਹੋਣਾ ਅੱਜ ਉਸ ਧਰਤੀ ਤੇ ਸਭ ਕੁਝ ਆ ਹਰ ਚੀਜ਼ ਆ ਉੱਥੇ ਹਰ ਚੀਜ਼ ਆ ਉਸ ਧਰਤੀ ਤੇ ਜੋ ਮਹਾਰਾਜ ਨੇ ਕਿਹਾ ਉਹ ਕਰਕੇ ਦਿਖਾਤਾ ਉਹ ਵਰਤਾ ਕੇ ਦਿਖਾਤਾ ਤੇ ਮੇਰਾ ਕਹਿੰਦਾ ਭਾਵੇਂ ਹੋਈ ਆ ਮੈਂ ਇਸ ਚੀਜ਼ ਦੇ ਨਾਲ ਆਪ ਜੀ ਦੇ ਨਾਲ ਸ਼ੇਰ ਤਾਂ ਕਰ ਰਿਹਾ ਕਿ ਅਸੀਂ ਜਿਹਦੇ ਲੜ ਲੱਗੇ ਆ ਮਹਾਰਾਜ ਦਰਸ਼ਨਦਾਸ ਜੀ ਨੇ ਜਿਹੜਾ ਮਿਸ਼ਨ ਬਣਾਇਆ ਇਹਦੇ ਚ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਕਮੀ ਹੈ ਤਾਂ ਸਿਰਫ ਸਾਡੀ ਆਸਤਾ ਦੀ ਸਾਡੀ ਆਸ ਦੀ ਸਾਡੀਆਂ ਲੋੜਾਂ ਦੀ ਜਿਹੜੀਆਂ ਅਸੀਂ ਪੂਰੀਆਂ ਨਹੀਂ ਹੁੰਦੀਆਂ ਤੇ ਕਬਰ ਆ ਜਾਂਦੇ ਆ ਪੂਰੀਆਂ ਹੋ ਜਾਂਦੀਆਂ ਤੇ ਅਸੀਂ ਮੋਟੀਵੇਟ ਹੋ ਜਾਂਦੇ ਆ ਇਹਨਾਂ ਚੀਜ਼ਾਂ ਨੂੰ ਛੱਡ ਕੇ ਸਾਨੂੰ ਇੱਕੋ ਚੀਜ਼ ਲੈਣੀ ਚਾਹੀਦੀ ਜਿਹਦੇ ਲਾੜੇ ਸੀ ਲੱਗੇ ਆ ਉਹ ਸਾਨੂੰ ਕਦੀ ਰੂਲਣ ਨਹੀਂ ਦੇਗਾ ਸਾਨੂੰ ਕਦੀ ਕਦੀ ਖਰਾਬ ਨਹੀਂ ਹੋਣ ਦੇਗਾ ਸਾਡਾ ਕਦੀ ਕੋਈ ਕੰਮ ਖਰਾਬ ਨਹੀਂ ਹੋਣ ਦੇਗਾ ਜੋ ਕੁਝ ਉਹਦੀ ਰਜ਼ਾ ਚ ਹੈ ਉਹ ਹੀ ਹੋਣ ਦੇਗਾ ਔਰ ਜਿੱਥੇ ਵੀ ਇਹ 16 ਫਰਵੀ ਦੇ ਪੰਡਾਰੇ ਮਨਾਏ ਗਏ ਆ ਸੰਗਤਾਂ ਨੇ ਸੇਵਾ ਕੀਤੀ ਹੈ ਔਰ ਮੈਂ ਦੇਖਿਆ ਇੱਥੇ ਮੈਂ ਕਿੰਨੀਆਂ ਸੰਗਤਾਂ ਨੂੰ ਮਿਲਿਆ ਬਹੁਤ ਪਿਆਰ ਦਿੱਤਾ ਜਿਹੜੇ ਕਿ ਇਸ ਚੈਨਲ ਨੂੰ ਮਹਾਰਾਜ ਦਾ ਚੈਨਲ ਨੂੰ ਦੇਖਦੇ ਨੇ ਮਹਾਰਾਜ ਦੀਆਂ ਸਟੋਰੀਆਂ ਸੁਣਦੇ ਨੇ ਬੜਿਆਂ ਨੇ ਬੜੀਆਂ ਚੀਜ਼ਾਂ ਕੀਤੀਆਂ ਕਿ ਉਹ ਕਿੰਨਾ ਇਨਸਪਾਇਰ ਹੋਏ ਨੇ ਉਹਨਾਂ ਦਾ ਕਿੰਨਾ ਡ੍ਰਿੜ ਵਿਸ਼ਵਾਸ ਹੋਇਆ ਮਹਾਰਾਜ ਦੇ ਪ੍ਰਤੀ ਮਹਾਰਾਜ ਦੇ ਮਿਸ਼ਨ ਨੂੰ ਉਹ ਜਾਣ ਸਕੇ ਨੇ ਮਹਾਰਾਜ ਦੇ ਮਿਸ਼ਨ ਸੇ ਉਹਨਾਂ ਕਿੰਨਾ ਭਰੋਸਾ ਵਧਿਆ ਛੋਟੇ-ਛੋਟੇ ਬੱਚੇ ਭੱਜ-ਭੱਜ ਕੇ ਸੇਵਾ ਕਰ ਰਹੇ ਸੀ ਮੈਂ ਹੈਰਾਨ ਸੀਗਾ ਕਿ ਆਮ ਤੌਰ ਤੇ ਇੰਡੀਆ ਚ ਕੀ ਹੁੰਦਾ ਹੈ ਕਿ ਜਿਹੜੀ ਯੰਗ ਏਜ ਆ ਉਹ ਹੁੰਦਾ ਐਸ਼ ਪ੍ਰਸਤੀ ਮਸਤੀ ਦੀ ਜਿਹੜੀ ਪਿਛਲੀ ਜੀ ਜ਼ਿੰਦਗੀ ਆ ਉਹਦੇ ਚ ਬੰਦਾ ਕਹਿੰਦਾ ਕੋਈ ਨਹੀਂ ਮੈਂ ਭਜਨ ਬੰਦਗੀ ਕਰ ਲਾਂਗਾ ਸੇਵਾ ਕਰ ਲਾਂਗਾ ਮੈਂ ਉਹਨਾਂ ਸੇਵਕਾਂ ਨੂੰ ਉਹਨਾਂ ਸਾਰੇ ਹੀ ਦਾਸਾਂ ਨੂੰ ਜਿਹੜੇ ਕਿ ਸੇਵਾ ਕਰ ਰਹੇ ਸੀ 4 ਦਿਨ ਤੋਂ ਲਗਾਤਾਰ ਭੱਜ ਦੌੜ ਕੇ ਮੈਂ ਉਹਨਾਂ ਦੇ ਅੱਗੇ ਸੱਚੀ ਮੁੱਚੀ ਨਮਸਕਾਰ ਕਰਦਾ ਮੇਰੇ ਕੋਲ ਸ਼ਬਦ ਨਹੀਂ ਕਿ ਆਪ ਜੀ ਨੂੰ ਮਹਾਰਾਜ ਕਿਰਪਾ ਕਰ ਇਹੋ ਜੇ ਚੰਗੇ ਅਸੇ ਸ਼ੁੱਧ ਸੇਵਾਦਾਰ ਬਣਾਉਣ ਦਾਸ ਧਰਮ ਦੇ ਕਮਿਟਿਡ ਸੇਵਾਦਾਰ ਬਣਾਉਣ ਤਾਂ ਕਿ ਸਾਡੀਆਂ ਪੀੜੀਆਂ ਜਨਰੇਸ਼ਨ ਟੂ ਜਨਰੇਸ਼ਨ ਕਿ ਦਾਸ ਧਰਮ ਦੇ ਵਿੱਚ ਲੱਗੀ ਰਹੇ ਜਦੋਂ ਮਹਾਰਾਜ ਜੀ ਨੇ ਕਿਹਾ ਕਿ ਮੈਂ ਫਿਰ ਹਿੰਦ ਬਗਾਲ ਚਾਹਾਂਗਾ ਉਦੋਂ ਤੱਕ ਸਾਡੀ ਪੀੜ੍ਹੀ ਉਸ ਤਾਂ ਤੇ ਵੀ ਮਹਾਰਾਜ ਦੇ ਨਾਲ ਹੋਵੇ ਇਹ ਮੇਰੀ ਆਸ ਹੈ ਮੈਂ ਸਭ ਦਾ ਧੰਨਵਾਦ ਕਰਦਾ ਜਿੰਨੇ ਵੀ ਬੱਚੇ ਭੈਣਾ ਮਾਤਾਵਾ ਬਜ਼ੁਰਗ ਮਿਲੇ ਬੜੇ ਪਿਆਰ ਨਾਲ ਕਿੰਨਾ ਪਿਆਰ ਦਿੱਤਾ ਉਹ ਸੇਵਾ ਕਰਦੇ ਸੀਗੇ ਤੇ ਮੈਂ ਵੀ ਚਾਹੁੰਦਾ ਕਿ ਗਾਂ ਸਾਡੇ ਵੀ ਬੱਚੇ ਆਪ ਸਭ ਦੇ ਬੱਚੇ ਭੱਜ ਦੌੜ ਕੇ ਸੇਵਾ ਕਰਨ ਤੇ ਦਾਸ ਧਰਮ ਦੇ ਉਹ ਚਮਕਦੇ ਸੂਰਜ ਬਣਨ ਜੋ ਮਹਾਰਾਜ ਦਰਸ਼ਨ ਦਾ ਚਾਹਦੇ ਸੀਗੇ ਕਿ ਮੇਰੇ ਦਾਸ ਮੇਰੇ ਪਿਆਰੇ ਮਹਾਰਾਜੀ ਰੱਬ ਉਹਨਾਂ ਦਾ ਨਾਨਕ ਉਹਨਾਂ ਸਭ ਤੇ ਕਿਰਪਾ ਕਰੇ ਮਿਹਰ ਕਰੇ ਤੇ ਅੱਜ ਮੈਂ ਆਪ ਜੀ ਕੋਲੋਂ ਇਹ ਆਸ ਕਰਦਾ ਕਿ ਅਸੀਂ ਵੀ ਜਿੱਥੇ ਵੀ ਮਹਾਰਾਜ ਦਰਸ਼ਨ ਦਾ ਜੀ ਦਾ ਦਰਬਾਰ ਹੋਵੇ ਜਾਂ ਉਹਨਾਂ ਦੀ ਫੋਟੋ ਹੋਵੇ ਜਾਂ ਉੱਥੇ ਉਹਨਾਂ ਦਾ ਗੁਣਗਾਣ ਹੋਂਦਾ ਹੋਵੇ ਤੇ ਮਹਾਰਾਜ ਨੂੰ ਜਾਣ ਕੇ ਉੱਥੇ ਨਮਸਕਾਰ ਕਰੋ ਸੇਵਾ ਕਰੋ ਪਰ ਇਹਨਾਂ ਦਿਨਾਂ ਤੇ ਜਿੱਥੇ ਵੀ ਮਹਾਰਾਜ ਦਰਸ਼ਨ ਦਾ ਜੀ ਸਾਡੇ ਕੋਲ ਇਸ ਵੇਲੇ ਐਕਸੈਸ ਹੈਗੀ ਹੈ ਜਦੋਂ ਵੱਡੇ ਭੰਡਾਰੇ ਹੁੰਦੇ ਨੇ ਉੱਥੇ ਜ਼ਰੂਰ ਜਾਣ ਦੀ ਕੋਸ਼ਿਸ਼ ਕਰੋ ਆਪਣੇ ਮਨ ਤਨ ਤੋਂ ਸੇਵਾ ਕਰੀਏ ਢੋਲੀਏ ਨਾ ਮਹਾਰਾਜ ਨੇ ਸਾਸੰਸ ਕਿਹਾ ਸੀ ਕਿ ਜਿਹੜਾ ਬੰਦਾ ਜਿਹੜਾ ਸੇਵਕ ਕਿਸੇ ਦਾ ਦਿਲ ਦਿਖਾਂਦਾ ਰੱਬ ਗ੍ਰੰਥਾਂ ਚ ਲਿਖਿਆ ਹੋਇਆ ਉਹਨੂੰ ਰੱਬ ਕਦੇ ਵੀ ਮਾਫ ਨਹੀਂ ਕਰਦਾ ਤੇ ਕੋਸ਼ਿਸ਼ ਕਰੀਏ ਅਸੀਂ ਕਿਸੇ ਦਾ ਦਿਲ ਨਾ ਦਿਖਾਈਏ ਕਿਸੇ ਦੇ ਪ੍ਰਤੀ ਮਾੜਾ ਨਾ ਬੋਲੀਏ ਅਸੀਂ ਦਾਸ ਧਰਮ ਦੇ ਵਿੱਚ ਦਾਸ ਧਰਮ ਦੇ ਪਰਿਵਾਰ ਆ ਤੇ ਸਾਡਾ ਜਿਹੜਾ ਮਾਤ ਪਿਤਾ ਹੈਡ ਹੈ ਮਹਾਰਾਜ ਦਰਸ਼ਨ ਦਾਸ ਹੈ ਉਹਦਾ ਮਿਸ਼ਨ ਹੈ ਔਰ ਇਈ ਜੁਗਾਂ ਜੁਗਾਂ ਤੱਕ ਚੱਲਣਾ ਰਹਿਣਾ ਤੇ ਅਸੀਂ ਉਹਦੀ ਪਰਵਾਰ ਦੀ ਫਲਵਾੜੀ ਬਣੀਏ ਸ਼ੋਭਾ ਬਣੀਏ ਹਰ ਇੱਕ ਦਾ ਇੱਜ਼ਤ ਮਾਨ ਕਰੀਏ ਹਰ ਇੱਕ ਨਾਲ ਪਿਆਰ ਕਰੀਏ ਮਹਾਰਾਜ ਜੀ ਕਹਿੰਦੇ ਸੀ ਆਪ ਜੀ ਜੋ ਵੀ ਆਪਣੇ ਮੁਖ ਤੋਂ ਮੇਰਾ ਧਿਆਨ ਕਰਕੇ ਕਿਸੇ ਨੂੰ ਕਹਿ ਦੋਗੇ ਤੇ ਉਹਦਾ ਕੰਮ ਹੋਏਗਾ ਆਪ ਜੀ ਨੂੰ ਮੈਂ ਇੱਕ ਛੋਟੀ ਜੀ ਗੱਲ ਸੁਣਾਉਂਦਾ ਕਿ ਇੱਕ ਟਾਈਮ ਸੀ ਕਿ ਇੱਕ ਲੇਡੀ ਮਹਾਰਾਜ ਜੀ ਕੋ ਆਇਆ ਕਰਦੀ ਸੀ ਤੇ ਉਹਨੇ ਕਹਿਣਾ ਮਹਾਰਾਜ ਜੀ ਮੇਰਾ ਪਤੀ ਬੋਸ਼ ਸ਼ਰਾਪਿੰਦਾ ਬਹੁਤ ਸ਼ਰਾਪਿੰਦਾ ਫਿਰ ਗਾਲੀ ਗਲੋਚ ਕਰਦਾ ਹੈ ਬੜਾ ਸਮਝਾਇਆ ਕੀਤਾ ਮੰਨਦਾ ਨਹੀਂ ਘਰ ਦੀ ਹਾਲਤ ਖਰਾਬ ਹੈ ਮਹਾਰਾਜ ਜੀ ਨੇ ਚਲੋ ਕਹਣਾ ਕੋਈ ਗੱਲ ਨਹੀਂ ਬੀਬਾ ਹੋ ਜਾਏਗਾ ਕੋਈ ਨਹੀਂ ਹੋ ਜਾਏਗਾ ਆਪ ਜੀ ਮਦਦ ਲਗਾ ਭੋਲੇ ਪਾ ਦੀ ਗੱਲ ਇੱਕ ਦਿਨ ਉਹ ਬੀਬੀ ਫੇਰ ਆਈ ਤੇ ਮਹਾਰਾਜ ਜੀ ਨੂੰ ਸਹੀ ਗੱਲ ਕਹੀ ਮਹਾਰਾਜ ਜੀ ਕਹਿੰਦੇ ਬੀਬਾ ਅੱਜ ਜਾ ਕੇ ਨਾ ਤੂੰ ਉਹਦੇ ਆਉਣ ਤੋਂ ਪਹਿਲਾਂ ਜਿਹੜੀ ਉਹਦੀ ਬੋਤਲ ਹੈ ਉਹ ਕੱਢ ਕੇ ਤੂੰ ਟੇਬਲ ਤੇ ਰੱਖ ਦੇ ਜਦੋਂ ਆਵੇ ਤੇ ਦੋ ਗਲਾਸ ਤੂੰ ਨਾਲ ਲੈ ਕੇ ਆਣੇ ਤੂੰ ਆਪ ਉਹਨੂੰ ਪਾ ਕੇ ਦੇ ਦੇ ਹੁਣ ਇਹ ਗੱਲ ਸੁਣ ਕੇ ਸਾਡੇ ਵਰਗੇ ਇਹ ਸੋਚ ਕੇ ਹੈਰਾਨ ਹੋ ਗਏ ਕਿ ਮਹਾਰਾਜ ਜੀ ਕਿੱਦਾਂ ਦੀ ਗੱਲ ਕਰਦੇ ਨੇ ਉਹ ਛਡਾਣ ਦੀ ਗੱਲ ਕਰਦੀ ਹੈ ਇਹ ਉਹਨੂੰ ਕਹਿੰਦੇ ਤੂੰ ਖੁਦ ਪਿਆ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਸਾਨੂੰ ਉਸ ਵੇਲੇ ਸਮਝ ਨਹੀਂ ਆਉਂਦੀ ਅਸੀਂ ਨਾਰਾਜ਼ ਹੋ ਜਾਂਦੇ ਹਾਂ ਕਿ ਗਲਤ ਹੋਇਆ ਇਕ ਗਲਤ ਕਿਹਾ ਗਿਆ ਪਰ ਮਹਾਰਾਜ ਨੂੰ ਪਤਾ ਉਹਦਾ ਫਿਊਚਰ ਜੋਨ ਨੇ ਕਿਹਾ ਉਹਦਾ ਅਸਰ ਕਦੋਂ ਹੋਣਾ ਉਹ ਮਾਈ ਨੇ ਬੀਬੀ ਨੇ ਇਦਾਂ ਕੀਤਾ ਜਦੋਂ ਉਹਦਾ ਹਸਬੰਦ ਆਉਣ ਵਾਲੇ ਸੀ ਉਹਨੇ ਉੱਤੇ ਟੇਬਲ ਰੱਖਿਆ ਜਿੱਦਾਂ ਉਹਦੀ ਰੂਟੀਨ ਸੀ ਉਹਨੇ ਕੱਪੜੇ ਲਾਏ ਮੂੰਹ ਆ ਤੋਤਾ ਆ ਕੇ ਬੈਠਿਆ ਤਾਂ ਲੇਡੀ ਨੇ ਕੀ ਕੀਤਾ ਉਹ ਜਿਹੜੀ ਬੋਟਲ ਸੀਗੀ ਉਹ ਨਵੀਂ ਬੋਟਲ ਸੀਗੀ ਅਜੇ ਤੇ ਉਹਨੇ ਖੋਲ ਹੀ ਨਹੀਂ ਸੀ ਤੇ ਉਹ ਨਾ ਉਹਨੂੰ ਖੋਲਦੀ ਪਈ ਸੀਗੀ ਉਹਦੇ ਉਹ ਉਤੋਂ ਡੱਟ ਗਿਆ ਉਹ ਜ਼ਬਰਦਸਤੀ ਕਰ ਰਹੀ ਸੀ ਕਿਤੇ ਉਹ ਜ਼ਬਰਦਸਤੀ ਕਰਦੇ ਆ ਖੋਲਦੇ ਆ ਉਹਦੀ ਨਾ ਬੋਤਲ ਦਾ ਜਿਹੜਾ ਰਿੰਗ ਸੀਗਾ ਉਹ ਇੱਥੇ ਚੀਰਾ ਪੈ ਗਿਆ ਉਹਦੇ ਤੇ ਇਥੋਂ ਬਲੱਡ ਵਗਣ ਲੱਗ ਪਿਆ ਪਰ ਉਹ ਉਹਨੇ ਖੋਲ ਲਈ ਖੋਲ ਖੋਲ ਕੇ ਤੇ ਉਹ ਬੋਤਲ ਕਿਤੇ ਲਿਬੜ ਗਈ ਖੂਨ ਦੇ ਨਾਲ ਥੋੜੀ ਜੀ ਤੇ ਉਹਨੂੰ ਪਤਾ ਨਹੀਂ ਲੱਗਿਆ ਉਹਨੇ ਨਾਲੇ ਗੁਲਾਸ ਚੱਕੇ ਨਾਲੇ ਬੋਤਲ ਚੱਕੀ ਤੇ ਟੇਬਲ ਦੇ ਅੱਗੇ ਰੱਖਤੀ ਉਹਦੇ ਅੱਗੇ ਹਸਬੰਦ ਸ਼ਰਾਬ ਦੇ ਕੇ ਉਹਦੇ ਵੱਲ ਦੇਖ ਕੇ ਹੈਰਾਨ ਹੋਇਆ ਕਹਿੰਦੀ ਲੋ ਉਹ ਬੋਲਿਆ ਕਿ ਤੇਰਾ ਦਿਮਾਗ ਖਰਾਵਾ ਕਹਿੰਦੀ ਕਿ ਉਹਨੇ ਜੀ ਆਪ ਜੀ ਨੂੰ ਚੰਗੀ ਲੱਗਦੀ ਐ ਆਪ ਜੀ ਰੋਜ਼ ਪੀਂਦੇ ਆ ਤੇ ਚਲੋ ਅੱਜ ਅਸੀਂ ਦੋਨੇ ਪੀਂਨੇ ਆ ਮੈਂ ਵੀ ਤੁਹਾਡੀ ਕੰਪਨੀ ਕਰਦੀ ਆ ਜਦ ਆਪ ਜੀ ਨੂੰ ਚੰਗੀ ਲੱਗਦੀ ਐ ਮੈਂ ਵੀ ਆਪ ਜੀ ਨਾਲ ਪੀਂਦੀ ਆ ਆਪ ਦੀ ਪਤਨੀ ਆ ਉਹ ਹਰਾਨ ਚ ਪੈ ਹਰਾਨ ਹੋ ਗਿਆ ਕਿ ਇਹਨੂੰ ਹੋਇਆ ਕੀ ਐ ਇਹ ਪਾਗਲਤ ਨੇ ਜਦੋਂ ਨੇ ਗਲਾਸ ਦੇਖਿਆ ਤੇ ਖੂਨ ਲੱਗਾ ਸੀ ਉਹਦੇ ਨਾਲ ਬੋਟਲ ਦੇ ਨਾਲ ਵੀ ਖੂਨ ਲੱਗ ਕਹਿੰਦਾ ਇਹ ਬਲੱਡ ਕਿੱਥੋਂ ਆਇਆ ਤੇ ਉਹਨੂੰ ਵੀ ਨਹੀਂ ਪਤਾ ਸੀਗਾ ਕਿ ਉਹਦੇ ਇੱਥੋਂ ਖੂਨ ਵਗਦਾ ਪਿਆ ਜਦੋਂ ਨੇ ਹੱਥ ਦੇਖਿਆ ਤੇ ਉਹ ਇੱਤੇ ਚੀਰਾ ਵੱਜਿਆ ਸੀ ਕਹਿੰਦੀ ਉਹ ਉਹ ਖੋਲਦਿਆਂ ਵੱਜ ਗਈ ਹੋਣੀ ਆ ਕੋਈ ਗੱਲ ਨਹੀਂ ਨਾ ਉਹ ਕਹਿੰਦੀ ਆ ਕਿ ਉਹ ਉਹਦੇ ਵੱਲ ਦੇਖ ਰਹੀ ਉਹਦੇ ਵੱਲ ਦੇਖ ਰਹੀ 2 ਮਿੰਟ ਉਹ ਇਦਾਂ ਮੱਥੇ ਤੇ ਹੱਥ ਰੱਖਿਆ ਤੇ ਬੋਤਲ ਦਿਖ ਰਿਆ ਕਹਿੰਦੇ ਪਤਾ ਨਹੀਂ ਕੀ ਹੋਇਆ ਉਹਨੂੰ ਮੈਨੂੰ ਉਹ ਕਹਿੰਦਾ ਕਿ ਤੂੰ ਠੀਕ ਨਹੀਂ ਕੀਤਾ ਚੰਗਾ ਨਹੀਂ ਕੀਤਾ ਕਹਿੰਦੇ ਕਦੀ ਬੋਤਲ ਨੂੰ ਦਿਖ ਰਿਆ ਤੇ ਕਦੀ ਮੇਰੇ ਵੱਲ ਦਿਖ ਰਿਆ ਪਤਾ ਨਹੀਂ ਮਾਰੇ ਦਾ ਕੀ ਇਹੋ ਜਿਹਾ ਕਤਕ ਹੋਇਆ ਥੋੜੀ ਦੇਰ ਬਾਅਦ ਕਹਿੰਦੇ ਕਿ ਉਹਨੇ ਬੋਤਲ ਚੁੱਕੀ ਬੋਤਲ ਚੁੱਕੀ ਤੇ ਬਾਹਰ ਜਾ ਕੇ ਸਾਈਡ ਤੇ ਜਿੱਧਰਲੇ ਪਾਸੇ ਉਹਨੇ ਉਹ ਬੋਤਲ ਜਿਹੜੀ ਆ ਤੋੜ ਦਿੱਤੀ ਤੇ ਉਹ ਉਹਨੂੰ ਕਹਿੰਦੀ ਵੀ ਆ ਕਿ ਇਹ ਕੀ ਕਰਦੇ ਪਿਓ ਇਹ ਕੀ ਕਰਦੇ ਪਿਓ ਨੁਕਸਾਨ ਕਰ ਰਹੇ ਹੋ ਉਹ ਬੋਤਲ ਤੋੜ ਕੇ ਅੰਦਰ ਆ ਗਿਆ ਉਹਨੇ ਉਹਦਾ ਹੱਥ ਫੜਿਆ ਕਹਿੰਦਾ ਕਿ ਇਹਨੂੰ ਸਾਫ਼ ਕਰ ਹੱਥ ਸਾਫ਼ ਕਰ ਤੇ ਪੱਟੀ ਜੋ ਵੀ ਲਵੇਟਿਆ ਉਹਨੇ ਪੱਟੀ ਪੁੱਟੀ ਕੀਤੀ ਬਸ ਉਹਨੇ ਕੋਈ ਗੱਲ ਨਹੀਂ ਕੀਤੀ ਕਹਿੰਦਾ ਲਿਆ ਰੋਟੀ ਲਿਆ ਕਹਿੰਦੀ ਨਹੀਂ ਜੀ ਸੋਰੀ ਕਿ ਵੀ ਉਹ ਕਹਿੰਦਾ ਨਹੀਂ ਰੋਟੀ ਲੈ ਕੇ ਆ ਉਨੇ ਰੋਟੀ ਲੈਂਦੀ ਦੋਨਾਂ ਨੇ ਬੈ ਕੇ ਰੋਟੀ ਖਾਧੀ ਉਹ ਕਹਿੰਦੀ ਕਿ ਉਸ ਤੋਂ ਬਾਅਦ ਉਹਨੇ ਸ਼ਰਾਬ ਨਹੀਂ ਪੀਤੀ ਜਦੋਂ ਉਹ ਮਹਾਰਾਜ ਜੀ ਦੇ ਕੋਲ ਗਈ ਦੋ ਦਿਨ ਤਿੰਨ ਦਿਨ ਚਾਰ ਦਿਨ ਬਾਅਦ ਜਦੋਂ ਵੀ ਇਹ ਸਾਰੀ ਕਹਾਣੀ ਇਹ ਸਾਰਾ ਕਿੱਸਾ ਉਹਨੇ ਮਹਾਰਾਜ ਜੀ ਨੂੰ ਸੰਗਤ ਦੇ ਸਾਹਮਣੇ ਬਿਆਨ ਕੀਤਾ ਹੁਣ ਆਪ ਜੀ ਦੇਖ ਲਓ ਅਗਰ ਸਾਨੂੰ ਕਿਹਾ ਜਾਵੇ ਅਸੀਂ ਕਹਿਣਾ ਕਿ ਅਸੀਂ ਮਹਾਰਾਜ ਨੂੰ ਛਡਾਣ ਦੀ ਗੱਲ ਕਰਦੇ ਮੈਨੂੰ ਹੀ ਪੀਣ ਵਾਸਤੇ ਕਹਿ ਰਿਹਾ ਸੋ ਕਹਿਣ ਦਾ ਭਾਵ ਇਸ ਨਾਮ ਦਾ ਭਾਵ ਮੇਰਾ ਇਹ ਹੈ ਕਿ ਕਈ ਵਾਰੀ ਸਾਹਮਣੇ ਕੁਝ ਦਿਖਦਾ ਤਾਂ ਹੁੰਦਾ ਕੁਝ ਹੁੰਦਾ ਇਹ ਉਹਨੂੰ ਪਤਾ ਕੀ ਕਰਨਾ ਇਹ ਉਹਨੂੰ ਪਤਾ ਕਦੋਂ ਕੀ ਕਰਨਾ ਜਿਹਦੇ ਲਾੜ ਅਸੀਂ ਲੱਗੇ ਆ ਉਹ ਐਡਾ ਵੱਡਾ ਡਾਡਾ ਗੁਰੂ ਹੈ ਇਸ ਯੁੱਗ ਦਾ ਮਾਲਕ ਹੈ ਮਹਾਰਾਜ ਦਰਸ਼ਨ ਦਾਸ ਪਰ ਅਸੀਂ ਕੀ ਕਰਦੇ ਆ ਜਮਾਨ ਦੀ ਕੋਸ਼ਿਸ਼ ਕਰਦੇ ਆ ਅਸੀਂ ਸ਼ਰਤ ਲਾਉਂਦੇ ਆ ਮਹਾਰਾਜ ਜੀ ਮੇਰਾ ਆ ਕੰਮ ਕਰ ਦਿਓਗੇ ਮੈਂ ਡੇਰੇ ਆਵਾਂਗਾ ਮੈਂ ਪੰਜ ਸੰਗਰਾਂਦਾਂ ਤੇ ਨਾਵਾਂਗਾ ਜਾਂ ਮਨ ਨਾਵਾਂਗੀ ਮਹਾਰਾਜ ਜੀ ਮੈਂ ਪਾਟ ਕਰਾਵਾਂਗੀ ਮਹਾਰਾਜ ਜੀ ਮੈਂ 501 50001 ਚੜਾਵਾਂਗੀ ਸ਼ਰਤ ਨਹੀਂ ਲਾਣੀ ਮਹਾਰਾਜ ਕਹਿੰਦੇ ਕਦੀ ਆਪ ਜੀ ਸ਼ਰਤ ਲਾਉਂਦੇ ਹੋ ਰੱਬ ਨਾਲ ਰੱਬ ਨਾਲ ਸ਼ਰਤ ਨਹੀਂ ਲਾਈ ਜਾਂਦੀ ਸਿਰਫ ਉਹਦੇ ਅੱਗੇ ਅਰਦਾਸ ਕਰੋ ਜੋ ਆਪ ਚਾਹਦੇ ਹੋ ਦਾਤਾ ਇਹ ਗੱਲ ਹੈ ਇਹ ਚਾਹੀਦਾ ਅਗਰ ਠੀਕ ਹੈ ਮੇਰੇ ਵਾਸਤੇ ਤਾਂ ਦਾਤਾ ਕਰ ਦੇ ਅਗਰ ਨਹੀਂ ਠੀਕ ਦਾਤਾ ਤੇ ਮੈਨੂੰ ਹਿੰਮਤ ਬਖਸ਼ ਕਿ ਮੈਂ ਇਹਦੇ ਬਾਰੇ ਸੋਚਿਆ ਹੀ ਨਾ ਸੋ ਜੋ ਚੰਗਾ ਉਹ ਸਾਡੇ ਵਾਸਤੇ ਹੋਏਗਾ ਕਿਉਂਕਿ ਉਹ ਸਾਡਾ ਮਾਤ ਪਿਤਾ ਤੇ ਕਦੀ ਵੀ ਮਾਤ ਪਿਤਾ ਆਪਣੇ ਬੱਚਿਆਂ ਵਾਸਤੇ ਗਲਤ ਨਹੀਂ ਸੋਚਦਾ ਗਲਤ ਨਹੀਂ ਕਰਦਾ ਤੇ ਅਸੀਂ ਉੱਤੇ ਸ਼ੱਕ ਕਿਉਂ ਕਰ ਲੈਂਦੇ ਆ ਕਿ ਮੇਰਾ ਉਹਨੇ ਆ ਕੰਮ ਨਹੀਂ ਕੀਤਾ ਮੇਰਾ ਇਹ ਨਹੀਂ ਹੋਇਆ ਸੋ ਪਲੀਜ਼ ਪ੍ਰੋਸਾ ਪ੍ਰੋਸਾ ਰੱਖ ਗੁਰੂ ਆਪਣੇ ਤੇ ਕਾਰਜ ਜਿਨੇ ਸਵਾਰਨਾ ਕਾਰਜ ਜਿਨੇ ਸਵਾਰਿਆ ਸੋ ਸਾਡੀ ਜ਼ਿੰਦਗੀ ਚ ਕਾਰਜ ਜਿਹੜੇ ਹੋ ਰਿਹਾ ਉਹ ਸਵਾਰ ਰਿਹਾ ਉਹਨੇ ਸਵਾਰਨੇ ਵੀ ਹੈ ਤੇ ਡੋਲੀਏ ਨਾ ਵਿਸ਼ਵਾਸ ਰੱਖਿਏ ਸਿਮਰਨ ਜ਼ਰੂਰ ਕਰੀਏ ਦੋ ਤੋਂ ਸਵਾ ਦੋ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਹਯੂਰ ਮਹਾਰਾਜ ਜੀ ਨੇ ਕਿਹਾ ਕਿਤੇ ਵੀ ਇਤਿਆਕੇ ਦੇਖ ਲਿਓ ਅਰ ਜੋਈ ਤੇ ਦੋ ਤੋਂ ਸਵਾ ਦੋ ਨਾਨਕ ਨਾਮ ਚੜਦੀ ਕਲਾ ਦਾ ਸਿਮਰਨ ਆਪ ਜੀ ਦੇ ਦੁਨੀਆਦਾਰੀ ਦੇ ਸਾਰੇ ਕਸ਼ਟ ਰੋਗ ਸਾਨੂੰ ਕਹਿਣ ਤੋਂ ਬਿਨਾ ਹੀ ਕੱਟੇ ਜਾਣਗੇ ਜੇ ਤੁਸੀਂ ਬੈਠ ਕੇ 2 ਤੋਂ 2.5 ਦਾ ਸਿਮਰਨ ਨਹੀਂ ਕਰ ਸਕਦੇ ਕਿਤੇ ਕੰਮ ਕਰਦੇ ਹੋ ਉਸ ਵੇਲੇ ਸਿਰਫ ਮਨ ਦੇ ਵਿੱਚ ਧਿਆਨ ਕਰਕੇ ਨਾਨਕ ਨਾਮ ਕਰੀ ਜੋ ਤੇ ਆਪਣਾ ਕੰਮ ਕਰੀ ਜੋ ਕਿ ਕਹਿੰਦੇ ਆ ਅੱਖ ਯਾਰ ਵੱਲ ਤੇ ਹੱਥ ਕਾਰ ਵੱਲ ਕਿ ਆਪਣਾ ਧਿਆਨ ਆਪਣੇ ਮੁਰਸ਼ਿਦ ਵੱਲ ਹੱਥ ਜਿਹੜੇ ਉਹਨਾਂ ਦਾ ਕੰਮ ਕਰੋ ਜੋ ਆਪ ਕਰ ਰਹੇ ਸੋ ਅੱਜ ਦੇ ਲਈ ਇੰਨਾ ਹੀ ਅਗਰ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੈ ਮੈਂ ਆਪ ਜੀ ਕੋਲੋਂ ਮਾਫੀ ਚਾਹੁੰਦਾ ਵਾਂ ਆਸ ਕਰ ਆਪ ਜੀ ਮਾਫ ਕਰਦੇ ਹੋਗੇ ਮਹਾਰਾਜ ਜੀ ਆਪ ਜੀ ਨੂੰ ਸਭ ਨੂੰ ਸਦਾ ਖੁਸ਼ ਰੱਖੇ ਤੰਦਰੁਸਤ ਰੱਖੇ ਵਦ ਤੋਂ ਵਦ ਨਾਮ ਸੇਵਾ ਸਿਮਰਨ ਕਰਨ ਦੀ ਬਲ ਬੁੱਧੀ ਬਖਸ਼ੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪੜਾ ਜੇ ਨਾ ਫੜਦਾ ਸਾਡੀ ਬਾਹ ਅਸਾਰੋ ਲਜਾਣਾ ਸੀ ਜੇ ਨਾ ਫੜਦਾ ਸਾਡੀ ਬਾਹ ਅਸਾਂ ਤੇ ਡੁੱਬ ਜਾਣਾ ਸੀ ਤਾਂ ਤਨ ਤਨ ਗੁਰੂ ਦਰਸ਼ਨ ਦਾਸ ਮਹਾਰਾਜ ਜੀ ਤੇਰੀ ਸਦਾ ਆਈ ਜਾ